ਮੋਹਾਲੀ ਜ਼ਿਲ੍ਹੇ ਦੇ ਖਰੜ ਪੁਲਿਸ ਨੇ ਇੱਕ ਲੁੱਟਖੋ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਤੇ ਇਹਦੇ ਵਿੱਚ 4 ਲੋਕਾਂ ਨੂੰ ਕਾਬੂ ਕੀਤਾ ਗਿਆ। ਦੱਸ ਦਈਏ ਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਇੱਕ ਬਲੈਕ ਕਲਰ ਦੀ ਕਾਰ ਕਾਫੀ ਜਿਹੜੀ ਹੈਗੀ ਹੈ ਲੁੱਟਪਾਟ ਕਰ ਰਹੀ ਸੀਗੀ ਔਰ ਕਾਫੀ ਸ਼ਿਕਾਇਤਾਂ ਪੁਲਿਸ ਨੂੰ ਮਿਲੀ। ਉਸ ਤੋਂ ਬਾਅਦ ਟਰੈਪ ਲਾ ਕੇ ਇਹ 4ਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਗੰਡਾਸੇ, ਡੰਡੇ, ਹਾਕੀ ਇਹ ਵੀ ਰਿਕਵਰ ਕੀਤੀ। ਇਹ ਕਿਸ ਤਰ੍ਹਾਂ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ, ਕਿਸ ਤਰ੍ਹਾਂ ਦਾ ਮਕਸਦ ਸੀ, ਕਿਸ ਤਰ੍ਹਾਂ ਇਹ ਪੂਰਾ ਗੈਂਗ ਚੱਲ ਰਿਹਾ ਸੀਗਾ। ਸਾਡੇ ਨਾਲ ਸੀਨੀਅਰ ਆਫਿਸਰ ਮੌਜੂਦ ਨੇ, ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਕਰਨ ਸਿੰਘ ਸੰਧੂ ਸਾਡੇ ਨਾਲ ਨੇ, SHO ਖਰੜ ਸਾਡੇ ਨਾਲ ਨੇ। ਡਿਪਟੀ ਸਾਹਿਬ, ਕਿਉਂਕਿ ਇੱਕ ਵੱਡਾ ਗੈਂਗ ਕਹਿ ਸਕਦੇ ਕਿ ਦਹਿਸ਼ਤ ਜੀ ਪਾਈ ਹੋਈ ਸੀਗੀ ਕਿ ਇੱਕ ਬਲੈਕ ਕਲਰ ਦੀ ਗੱਡੀ ਘੁੰਮਦੀ ਹੈ ਰਾਤਾਂ ਨੂੰ, ਲੁੱਟ ਖੋਹ ਕਰਦੀ ਹੈ, ਇਹ ਪੂਰੀ ਇਨਵੈਸਟੀਗੇਸ਼ਨ ਜੀ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲਕਰ ਸਾਹਮਣੇ ਆਈ ਤੇ ਰਿਕਵਰੀ ਕੀ? ਇਹ ਬੇਸਿਕਲੀ ਜੀ ਜਿਹੜਾ ਸਾਡਾ ਇੱਧਰ ਟੋਲ ਪਲਾਜ਼ਾ ਭਾਗੋ ਮਾਜਰਾ ਤੇ ਉਹਦੇ ਅਰਾਊਂਡ ਜਿਹੜਾ ਏਰੀਆ ਹੈਗਾ, ਇੱਥੇ ਸਾਨੂੰ ਪਿਛਲੇ ਕੁਛ ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਕਿ ਕੁਛ ਨੌਜਵਾਨ ਜਿਹੜੇ ਬਲੈਕ ਕਲਰ ਦੀ ਵਰਨਾ ਕਾਰ ਸਵਾਰ ਹੋ ਕੇ ਤੇ ਇਕੱਲਿਆਂ ਨੂੰ ਜਿਵੇਂ ਜ਼ੋਮੈਟੋ ਡਿਲੀਵਰੀ ਬੋਆਇਜ਼ ਨੂੰ ਜਾਂ ਹੋਰ ਵੀ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਘੇਰ ਕੇ ਕੁੱਟਮਾਰ ਕਰਕੇ ਉਹਨਾਂ ਨਾਲ ਲੁੱਟਖੋ ਕਰ ਰਹੇ ਸੀਗੇ ਤੇ ਕਈਆਂ ਨਾਲ ਇਹਨਾਂ ਨੇ ਕਾਫੀ ਕੁੱਟਮਾਰ ਵੀ ਕੀਤੀ ਤੇ 4-5 ਦਿਨ ਪਹਿਲਾਂ ਕਿਸੇ ਦੀ ਕਾਰ ਦੀ ਵੀ ਕਾਫੀ ਜ਼ਿਆਦਾ ਭੰਨ ਤੋੜ ਕੀਤੀ ਤੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ। ਅਸੀਂ ਵੀ ਮੁਸਤੈਦ ਸੀਗੇ, ਇਹਨਾਂ ਨੂੰ ਅਸੀਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਤਰੀਕੇ ਨਾਲ ਆਈਡੈਂਟੀਫਾਈ ਕੀਤਾ, ਆਈਡੈਂਟੀਫਾਈ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਕਾਬੂ ਕੀਤਾ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੀ ਕੀ ਆਇਆ ਸਰ, ਕਿੱਥੇ ਦੇ ਰਹਿਣ ਵਾਲੇ ਆ, ਪ੍ਰੋਫਾਈਲ ਕੀ ਹੈ? ਇਹ ਬੇਸਿਕਲੀ ਜੀ ਨਵੀਂ ਉਮਰ ਦੇ ਨੌਜਵਾਨ ਹੈਗੇ ਨੇ, 20 ਸਾਲ ਦੇ ਕਰੀਬ, ਤੇ ਚਮਕੌਰ ਸਾਹਿਬ ਏਰੀਏ ਦੇ ਜਿਹੜੇ ਹੈਗੇ ਨੇ, ਉੱਥੇ ਦੇ ਜਿਹੜੇ ਲੋਕਲ ਪਿੰਡ ਨੇ ਉੱਥੋਂ ਦੇ ਇਹ ਰਹਿਣ ਵਾਲੇ ਨੇ ਤੇ ਹੁਣ ਤਾਂ ਇਹ ਕਰੀਬ ਸਾਰੇ ਹੀ ਅਨਇੰਪਲੋਇਡ ਸੀਗੇ ਤੇ ਮਤਲਬ ਹਰ ਰੋਜ਼ ਰਾਤ ਨੂੰ ਇਹ ਨਿਕਲਦੇ ਸੀ, ਰਾਤ ਨੂੰ ਨਿਕਲ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਦਿੱਤੇ। ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੀ ਆਇਆ, ਇਹ ਲੁੱਟਖੋ ਕਰਦੇ ਸੀਗੇ ਜਾਂ ਕਿਸ ਤਰ੍ਹਾਂ ਰਾਤ ਨੂੰ ਨਿਕਲਦੇ ਸੀਗੇ, ਕਿਹਨੂੰ ਟਾਰਗੇਟ ਕਰਦੇ ਸੀਗੇ, ਮੇਨ ਕਿਸ ਨੂੰ ਟਾਰਗੇਟ ਕਰਦੇ? ਦੇਖੋ ਇਹ ਜ਼ਿਆਦਾਤਰ ਤਾਂ ਆਈਸੋਲੇਟਡ ਜਿਹੜੇ ਬੰਦੇ ਨੇ, ਜਿਵੇਂ ਕੋਈ ਇਕੱਲਾ ਬੰਦਾ ਮੋਟਰਸਾਈਕਲ ਤੇ ਜਾ ਰਿਹਾ, ਕੋਈ ਇਕੱਲਾ ਬੰਦਾ ਕਾਰ ਤੇ ਜਾ ਰਿਹਾ, ਉਹਨਾਂ ਨੂੰ ਜ਼ਿਆਦਾ ਇਹ ਟਾਰਗੇਟ ਕਰਦੇ ਸੀਗੇ, ਉਹਨਾਂ ਨੂੰ ਦੇਖ ਕੇ ਆਈਡੈਂਟੀਫਾਈ ਕਰਕੇ ਕਾਰ ਅੱਗੇ ਲਾ ਕੇ ਉਹਨਾਂ ਨਾਲ ਕੁੱਟਮਾਰ ਵੀ ਕਰਦੇ ਸੀ, ਲੁੱਟਖੋ ਤਾਂ ਕਰਦੇ ਸੀ ਨਾਲ ਕੁੱਟਮਾਰ ਕਰਕੇ ਕਾਰ ਵਗੈਰਾ ਦਾ ਵੀ ਨੁਕਸਾਨ ਕਰਦੇ ਸੀ। ਸਰ ਇਨਵੈਸਟੀਗੇਸ਼ਨ 'ਚ ਆਇਆ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੁਣ ਤੱਕ ਦੀ ਗੱਲ ਸਾਹਮਣੇ? ਨਹੀਂ, ਹਜੇ ਤੱਕ ਤਾਂ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਆਈ, ਪਰ ਅਸੀਂ ਜਿਵੇਂ ਇੱਥੇ ਸਾਡੇ ਸਿਟੀ ਥਾਣੇ ਵੀ ਇਹਨਾਂ ਦੇ ਮੁਕੱਦਮਾ ਦਰਜ ਸੀ, ਸਦਰ ਥਾਣੇ ਵੀ ਮੁਕੱਦਮਾ ਦਰਜ ਸੀ, ਅਸੀਂ ਨੇੜਲੇ ਜਿਹੜੇ ਥਾਣੇ ਹੋਰ ਨੇ ਜਾਂ ਜਿਵੇਂ ਜਿੱਥੋਂ ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਨੇ, ਸਾਨੂੰ ਇਹਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ, ਉਹਨਾਂ ਨਾਲ ਵੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਵੀ ਉੱਧਰ ਵੀ ਕੋਈ ਅਨਨੋਨ ਜਿਹੜੇ ਬੰਦਿਆਂ ਦੇ ਖਿਲਾਫ ਅਜਿਹਾ ਮੁਕੱਦਮਾ ਦਰਜ ਹੋਇਆ ਉਹਦੇ ਵਿੱਚ ਵੀ ਇਹਨਾਂ ਨੂੰ ਨੋਮੀਨੇਟ ਕਰਵਾਵਾਂਗੇ। ਰਿਕਵਰੀ ਕੀ ਕੀ ਹੋਈ ਹੈ ਸਰ, ਕਿੱਥੋਂ ਇਹਨਾਂ ਨੂੰ ਅਰੈਸਟ ਕੀਤਾ? ਇਹ ਜੀ ਮਲਟੀਪਲ ਜਿਹੜੇ ਟਾਈਪ ਦੇ ਜਿਵੇਂ ਡੰਡੇ, ਸੋਟੀਆਂ, ਕੋਈ ਛੋਟੀਆਂ ਕਿਰਪਾਨਾਂ ਵਗੈਰਾ, ਉਹ ਕਾਫੀ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਬਰਾਮਦ ਕੀਤੀਆਂ ਨੇ, ਜਿਹੜੀਆਂ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ ਨੇ। ਬਾਕੀ ਇਹਨਾਂ ਨਾਲ ਹੋਰ ਪੁੱਛਗਿੱਛ ਕਰ ਰਹੇ ਹਾਂ, ਸਾਨੂੰ ਹੋਰ ਵੀ ਉਮੀਦ ਆ ਵੀ ਹੋਰ ਵਾਰਦਾਤਾਂ ਦੇ ਵਿੱਚ ਤੇ ਹੋਰ ਵੀ ਕੋਈ ਨਾ ਕੋਈ ਵੈਪਨ ਜਿਹੜਾ ਇਹਨਾਂ ਤੋਂ ਬਰਾਮਦ ਕਰਨ ਦੀ ਉਮੀਦ ਆ। ਸਰ ਮੋਸਟਲੀ ਰਾਤ ਨੂੰ ਹੀ ਆਉਂਦੇ ਸੀਗੇ, ਲੋਕਾਂ ਨੂੰ ਟਾਰਗੇਟ ਜਦ ਕਰਦੇ ਸੀਗੇ? ਹਾਂਜੀ, ਇਹ ਜ਼ਿਆਦਾਤਰ 11-12-1 ਉਸ ਟਾਈਮ ਜ਼ਿਆਦਾਤਰ ਕਰਦੇ ਸੀ, ਕਿਉਂਕਿ ਜਿਹੜਾ ਟੋਲ ਪਲਾਜ਼ਾ ਦੇ ਆਸ ਪਾਸ ਦਾ ਏਰੀਆ ਇਹ ਸਟੂਡੈਂਟ ਡੋਮੀਨੇਟਡ ਏਰੀਆ ਹੈਗਾ ਤੇ ਉੱਥੇ ਰਾਤ ਨੂੰ ਗਹਿਮਾ ਗਹਿਮੀ ਕਈ ਵਾਰ ਹੁੰਦੀ ਆ, ਤਾਂ ਕਰਕੇ ਉੱਥੇ ਜ਼ਿਆਦਾਤਰ ਐਕਟਿਵ ਸੀ। ਤੇ ਸਰ ਟੋਲ ਪਲਾਜ਼ਾ ਤੇ ਵੀ ਜਿਹੜਾ ਹੈਗਾ ਇਹ ਕ੍ਰੋਸ ਨਹੀਂ ਕਰਦੇ ਸੀਗੇ, ਇਹਨਾਂ ਨੂੰ ਸਾਰਾ ਭੇਦ ਸੀਗਾ ਨੀਅਰਬਾਈ ਦਾ? ਹਾਂਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਚਮਕੌਰ ਸਾਹਿਬ ਏਰੀਆ ਦਾ ਰਹਿਣ ਵਾਲੇ ਸੀ ਤਾਂ ਨਜ਼ਦੀਕ ਹੀ ਹੈਗਾ, ਤਾਂ ਇਹ ਟੋਲ ਪਲਾਜ਼ਾ ਨੂੰ ਅਵੇਡ ਕਰਦੇ ਸੀ, ਇਹਨਾਂ ਨੂੰ ਪਤਾ ਸੀ ਵੀ ਉੱਥੇ ਕਾਰ ਵਗੈਰਾ ਦਾ ਨੰਬਰ ਨਾ ਟਰੇਸ ਹੋ ਜੇ, ਤਾਂ ਇੰਟੀਰੀਅਰ ਰੋਡਸ ਹੀ ਇਹ ਜ਼ਿਆਦਾਤਰ ਯੂਜ਼ ਕਰਦੇ ਸੀ। ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ, ਲੁੱਟਖੋ ਕਰਦੇ ਸੀਗੇ, ਲੋਕਾਂ ਦੇ ਨਾਲ ਕਾਫੀ ਕੁੱਟਮਾਰ ਕਰਦੇ ਸੀਗੇ, ਔਰ ਉਹਨਾਂ ਤੋਂ ਜਿੰਨਾ ਵੀ ਸਮਾਨ ਹੁੰਦਾ ਸੀ ਜਾਂ ਕੋਈ ਵੀ ਜਿਹੜੀ ਹੈ ਕੀਮਤੀ ਪ੍ਰੀਸ਼ੀਅਸ ਚੀਜ਼ਾਂ ਉਹ ਵੀ ਲੁੱਟਖੋ ਕਰਦੇ ਸੀਗੇ, ਬਲੈਕ ਕਲਰ ਦੀ ਵਰਨਾ ਤੇ ਇਹ ਆਉਂਦੇ ਸੀਗੇ, ਔਰ ਜਿਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਸੀ, ਹਾਲਾਂਕਿ ਕਈ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਜਿਹੜੀ ਪੁੱਛਗਿੱਛ ਸਾਹਮਣੇ ਆਇਆ, ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ ਹੁਣ ਪੁੱਛਗਿੱਛ ਹੋ ਰਿਹਾ ਰਿਮਾਂਡ ਦੌਰਾਨ, ਕਈ ਚੀਜ਼ਾਂ ਨੂੰ ਲੈ ਕੇ ਕੌਣ ਕੌਣ ਨਾਲ ਸੀਗਾ, ਹੋਰ ਇਨਵੋਲਵ ਸੀਗੇ ਜਾਂ ਨਹੀਂ ਸੀਗੇ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਖਰੜ ਤੋਂ ਕੈਮਰਾਮੈਨ ਸੁਖਜਿੰਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।